ਇੱਕ ਚੱਲਦੇ ਵਿਆਹ ਦੇ ਵਿੱਚ ਉਦੋਂ ਬਰਾਤੀਆਂ ਨੂੰ ਭਾਜੜਾ ਪੈ ਗਿਆ ਜਦੋਂ ਅਚਾਨਕ ਹਾਲ ਦੇ ਵਿੱਚ ਅੱਗ ਲੱਗ ਗਈ। ਅੱਗ ਦੇ ਇਸ ਕਦਰ ਭਾਂਬੜ ਮਚੇ ਕਿ ਚੀਕਾਂ ਮਾਰਦੇ ਹੋਏ ਬਰਾਤੀ ਬਾਹਰ ਨੂੰ ਦੌੜਨ ਲੱਗ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ ਹੈ, ਜਿਸ ਕਰਕੇ ਹਾਲ ਦੇ ਅੰਦਰ ਲੱਗੇ ਸਾਰੇ ਹੀ ਟੈਂਟ ਅੱਗ ਦੇ ਨਾਲ ਸੜਨ ਲੱਗ ਗਏ। ਫਰਨੀਚਰ ਤੱਕ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਤੇ ਬਰਾਤੀ ਚੀਕਾਂ ਮਾਰਦੇ ਹੋਏ ਬਾਹਰ ਨੂੰ ਦੌੜ ਖੜੇ ਹੋਏ। ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਇਸ ਹਾਲ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਇੱਥੇ ਵਿਆਹ ਚੱਲ ਰਿਹਾ ਸੀ, ਵਿਆਹ ਦੀਆਂ ਰਸਮਾਂ ਹਾਲੇ ਹੋ ਰਹੀਆਂ ਸਨ ਤਾਂ ਇਸ ਦੇ ਵਿਚਾਲੇ ਸ਼ਾਰਟ ਸਰਕਟ ਹੋਇਆ, ਜਿਸ ਕਰਕੇ ਪਹਿਲਾਂ ਟੈਂਟ ਵਿੱਚ ਅੱਗ ਲੱਗੀ ਤੇ ਫਿਰ ਹੌਲੀ ਹੌਲੀ ਇਸ ਅੱਗ ਸਾਰੇ ਹੀ ਹਾਲ ਦੇ ਵਿੱਚ ਫੈਲ ਗਈ। ਅੱਗ ਦੇ ਭਾਂਬੜ ਦੇਖ ਕੇ ਬਰਾਤੀਆਂ ਦੀਆਂ ਚੀਕਾਂ ਨਿਕਲ ਆਈਆਂ ਤੇ ਸਾਰੇ ਹੀ ਬਾਹਰ ਦਰਵਾਜ਼ੇ ਵੱਲ ਨੂੰ ਦੌੜਨੇ ਸ਼ੁਰੂ ਹੋ ਗਏ। ਇਸ ਦੌਰਾਨ ਦੌੜਦੇ ਹੋਏ ਇੱਕ ਦੂਜੇ 'ਚ ਟੱਕਰ ਵੀ ਹੋਈ ਇਹਨਾਂ ਦੀ, ਪਰ ਜਿਸ ਕਦਰ ਦੇ ਹਾਲਾਤ ਬਣੇ ਸਨ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਵੱਡੀ ਗੱਲ ਇਹ ਹੈ ਕਿ ਇੱਥੇ ਹਾਲ ਦੇ ਵਿੱਚ ਅੱਗ ਬੁਝਾਊ ਯੰਤਰਾਂ ਦਾ ਇਸਤੇਮਾਲ ਵੀ ਨਹੀਂ ਹੋਇਆ। ਫਾਇਰ ਬ੍ਰਿਗੇਡ ਗੱਡੀ ਆਉਂਦੀ ਹੈ ਤੇ ਫਿਰ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਸੋ ਇੱਥੇ ਵੱਡੀ ਲਾਪਰਵਾਹੀ ਇੱਕ ਪੈਲੇਸ ਵਾਲਿਆਂ ਦੀ ਵੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦੇ ਹਾਲ ਦੇ ਵਿੱਚ ਕੋਈ ਅੱਗ ਬੁਝਾਊ ਯੰਤਰ ਮੌਜੂਦ ਨਹੀਂ ਸੀ। ਫਾਇਰ ਬ੍ਰਿਗੇਡ ਮੌਕੇ ਤੇ ਆਉਂਦੀ ਹੈ ਤਾਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਗਨੀਮਤ ਇਹ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜੇਕਰ ਸਮੇਂ ਸਿਰ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਇਹ ਨੁਕਸਾਨ ਹੋਰ ਵੱਡਾ ਹੋ ਸਕਦਾ ਸੀ। ਲੋਕ ਆਪਣੀ ਜਾਨ ਬਚਾਉਣ ਲਈ ਤਾਂ ਬਾਹਰ ਨਿਕਲ ਆਏ, ਪਰ ਇੱਥੇ ਹਾਲ ਕਾਫੀ ਹੱਦ ਤੱਕ ਸੜ ਕੇ ਸਵਾਹ ਹੋ ਗਿਆ। ਤਸਵੀਰਾਂ ਫਰੀਦਾਬਾਦ ਦੇ ਸੈਕਟਰ 11 ਦੀਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਕਰਮਵੀਰ ਗਾਰਡਨ 'ਚ ਬਣੇ ਇੱਕ ਮੈਰਿਜ ਹਾਲ ਦੇ ਵਿੱਚ ਅਚਾਨਕ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ। ਕਿ ਯਹਾਂ ਅਭੀ ਜੋ ਹਾਲਾਤ ਹੈ।